ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੇ। ਕਹਿੰਦੇ ਕੈਨੇਡਾ 'ਚ ਅਗਲੇ ਸਾਲ ਚੋਣਾਂ ਨੇ, ਹੁਣ ਸਵਾਲ ਇਹ ਆ ਵੀ ਕੈਨੇਡਾ ਦੀ ਇਮੀਗ੍ਰੇਸ਼ਨ 'ਚ ਜੋ ਕੁਝ ਵਾਪਰ ਰਿਹਾ, ਕੀ ਉਹ ਚੋਣਾਂ ਦੇ ਮੱਦੇਨਜ਼ਰ ਵਾਪਰ ਰਿਹਾ? ਬਹੁਤ ਸਾਰੇ ਲੋਕ ਇਹ ਸੋਚ ਰਹੇ ਨੇ ਕਿ ਅਸੀਂ ਕੈਨੇਡਾ 'ਚ ਨਵੀਂ ਸਰਕਾਰ ਦੇਖ ਲਈਏ, ਫਿਰ ਤੈਅ ਕਰਾਂਗੇ ਜਾਣਾ ਜਾਂ ਨਹੀਂ ਜਾਣਾ। ਉਂਝ ਨਵੇਂ ਵਿਦਿਆਰਥੀਆਂ ਦਾ ਰੁਝਾਨ ਘਟਿਆ ਨਹੀਂ। ਮੇਰੀ ਵੀ ਅਪੀਲ ਹੈ, ਜਿਹੜੇ ਵਿਦਿਆਰਥੀ ਪੜ੍ਹ ਸਕਦੇ ਨੇ, ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਪੜ੍ਹ ਲਾਂਗੇ, ਜੁਗਾੜੂ ਬਿਲਕੁਲ ਕੈਨੇਡਾ ਨਾ ਜਾਣ, ਛੱਡ ਦੇਣ ਕੈਨੇਡਾ ਦਾ ਮੂੰਹ। ਜਿਹੜੇ ਪੜ੍ਹਨ ਵਾਲੇ ਵਿਦਿਆਰਥੀ ਨੇ, ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਪੜ੍ਹ ਸਕਦੇ ਹਾਂ, ਉਹ ਜ਼ਰੂਰ ਕੈਨੇਡਾ ਜਾ ਸਕਦੇ ਨੇ ਅਗਰ ਉਹਨਾਂ ਦੀ ਮਰਜ਼ੀ ਹੈ। ਮੇਰੀ ਕੋਈ ਜ਼ਬਰਦਸਤੀ ਨਹੀਂ ਕਿਸੇ ਨੂੰ, ਪਰ ਕੈਨੇਡਾ ਨੇ ਉਹਨਾਂ ਨੂੰ ਹੀ PR ਦੇਣੀ ਹੈ ਭਵਿੱਖ 'ਚ ਜਿਹੜੇ ਪੜ੍ਹਨ ਲਿਖਣਗੇ ਉੱਥੇ। ਜੁਗਾੜੂਆਂ ਦੇ ਲਈ ਕੈਨੇਡਾ ਨੇ ਰਾਹ ਬੰਦ ਕਰਤੇ, ਪਰ ਹੁਣ ਸਵਾਲ ਇਹ ਹੈ ਕਿ ਤੁਸੀਂ ਦੇਖੋ, ਹਜੇ ਸਤੰਬਰ ਚੱਲ ਰਿਹਾ, ਅਗਲੇ ਸਾਲ ਦਾ ਜਨਵਰੀ 25 ਇਨਟੇਕ ਵੀ ਲਗਭਗ ਭਰਨ ਵਾਲਾ ਹੈ, ਜਾਂ ਭਰ ਹੀ ਚੁੱਕਿਆ ਲੱਗ, ਪਰ ਖਤਮ ਹੈ ਸਰ, ਖਤਮ ਹੈ। ਅਗਲੇ ਸਾਲ ਦਾ ਮਈ ਇਨਟੇਕ ਦੇ ਵਿੱਚ ਦਾਖਲੇ ਹੋ ਰਹੇ ਨੇ, ਉਹ ਭਰਨ ਵਾਲਾ ਸਰ, ਮਈ ਵੀ ਭਰਨ ਵਾਲਾ ਹੈ ਜੀ। ਦੇਖੋ, ਸੋ ਇਹ ਸਥਿਤੀਆਂ ਨੇ ਕੈਨੇਡਾ 'ਚ, ਪਰ ਕੈਨੇਡਾ ਦੀ ਇਮੀਗ੍ਰੇਸ਼ਨ ਔਰ ਸਾਡੇ ਵਿਦਿਆਰਥੀ ਕਿਹੜੇ ਜਾਣ ਕਿਹੜੇ ਨਾ ਜਾਣ, ਕਿਵੇਂ ਫੈਸਲਾ ਕਰਨ, ਕਿਉਂਕਿ ਬੱਚਿਆਂ ਦੇ ਮਾਪੇ ਵੀ ਕਨਫਿਊਜ਼ ਨੇ, ਬੱਚੇ ਵੀ ਕਨਫਿਊਜ਼ ਨੇ। ਦੋ ਤਰ੍ਹਾਂ ਦੀਆਂ ਗੱਲਾਂ ਕੈਨੇਡਾ ਤੋਂ ਆਉਂਦੀਆਂ ਨੇ। ਇੱਕ ਤਾਂ ਗੱਲਾਂ ਸਟੂਡੈਂਟਸ ਦਾ ਕੰਮ ਨਹੀਂ, ਉਹ ਪੜ੍ਹ ਲਿਖ ਨਹੀਂ ਰਹੇ, ਦੂਸਰੇ ਬੱਚੇ ਪੜ੍ਹ ਲਿਖ ਵੀ ਰਹੇ ਨੇ ਅਤੇ ਉਹਨਾਂ ਕੋਲ ਕੰਮ ਵੀ ਹੈ। ਫਿਰ ਦੋ ਗੱਲਾਂ ਕੈਨੇਡਾ ਤੋਂ ਆਉਂਦੀਆਂ, ਕਹਿੰਦੇ ਬ੍ਰੈਂਪਟਨ ਅਤੇ ਟੋਰਾਂਟੋ ਛੱਡ ਦਿਓ ਭਾਈ, ਬਾਕੀ ਪਾਸੇ ਜਾਓ, ਉੱਥੇ ਕੰਮ ਵੀ ਹੈ ਅਤੇ ਉੱਥੇ ਬਾਕੀ ਸਭ ਕੁਛ ਆਸਾਨੀ ਨਾਲ ਰਿਹਾਇਸ਼ ਵਗੈਰਾ ਮਿਲਦੀ ਹੈ। ਹੁਣ ਇਹ ਕੈਨੇਡਾ ਸਮਝਣਾ ਪੈਣਾ ਸਾਡੇ ਵਿਦਿਆਰਥੀਆਂ ਨੂੰ ਵੀ ਤੁਸੀਂ ਸਾਰੇ ਹੀ ਅਗਰ ਟੋਰਾਂਟੋ ਅਤੇ ਬ੍ਰੈਂਪਟਨ ਚਲੇ ਜਾਓਗੇ ਅਤੇ ਫਿਰ ਇੱਕ ਇੱਕ ਬੇਸਮੈਂਟ 'ਚ ਪੰਜ ਪੰਜ ਛੇ ਛੇ ਬੱਚੇ ਰਹੋਗੇ ਅਤੇ ਫਿਰ ਕੀ ਪੜ੍ਹੋਗੇ ਅਤੇ ਕੀ ਕੰਮ ਕਰੋਗੇ? ਧੀਰਜ ਜੀ, ਪੂਰੀ ਸਥਿਤੀ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਅੱਜ ਦੇ ਸਮੇਂ 'ਚ ਮੈਂ ਚਾਹੂੰਗਾ, ਇਹਨੂੰ ਐਕਸਪਲੇਨ ਕਰੋ ਤਾਂ ਕਿ ਕਲੈਰਿਟੀ ਹੋ ਜਾਵੇ ਵਿਦਿਆਰਥੀਆਂ ਨੂੰ ਸਾਰੀ। ਤਾਂ ਬਿਲਕੁਲ ਸਰ, ਅਤੇ ਮੈਂ ਸਾਰਿਆਂ ਤੋਂ ਪਹਿਲਾਂ ਹਰ ਬੱਚੇ ਨੂੰ ਕਹੂੰਗਾ ਕਿ ਕੈਨੇਡਾ ਜਿਹੜੀ ਹੁਣ ਸਰ ਨੇ ਗੱਲ ਕੀਤੀ ਨਾ ਜਨਵਰੀ, ਮੈਂ ਵੀ ਉਹਦਾ ਜਵਾਬ ਦਿੱਤਾ ਕਿ ਜਨਵਰੀ 25 ਬੰਦ, ਮਈ ਹੈ 25 ਆ, ਇਹ ਉਹ ਆ ਜਿਹੜੇ ਵਧੀਆ ਕਾਲਜ, ਸਰਕਾਰੀ ਕਾਲਜਸ ਦੀ ਮੈਂ ਗੱਲ ਕਰਦਾ, ਬਾਕੀ ਪ੍ਰਾਈਵੇਟ ਕਾਲਜ ਤਾਂ ਮੁੱਕਣਾ ਹੀ ਨਹੀਂ ਨਾ, ਉਹ ਤਾਂ ਭਾਵੇਂ ਰਾਤੋਂ ਰਾਤ ਆਫਰ ਲੈਟਰ ਲਿਆਓ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿਓ, ਅਤੇ ਉਹ ਬੱਚਾ ਡੈਫੀਨੇਟਲੀ ਅੱਜ ਦੇ ਦੌਰ 'ਚ ਤੰਗ ਹੋਊਗਾ। ਅਤੇ ਅੱਜ ਮੈਂ ਪਹਿਲਾਂ ਹੀ ਕਹਿ ਦੇਵਾਂ, ਕੈਨੇਡਾ ਬੜਾ ਰੌਲਾ ਪੈ ਰਿਹਾ, ਸਖਤੀ ਬੜਾ, ਹਜੇ ਤੱਕ ਤਾਂ ਕੋਈ ਸਖਤੀ ਨਹੀਂ ਹੈਗੀ, ਵੀਜ਼ਾ ਇਸ ਵੇਲੇ ਬੜਾ ਆਸਾਨੀ ਨਾਲ ਆ ਰਿਹਾ, ਸ਼ਾਇਦ ਸਾਨੂੰ ਉਹਦੀ ਕਦਰ ਨਹੀਂ ਹੋ ਰਹੀ, ਮੈਨੂੰ ਤਾਂ ਲੱਗਦਾ ਕਿ ਉਹ ਆਸਾਨੀ ਨਾਲ ਜੋ ਵੀਜ਼ਾ ਦੇ ਰਿਹਾ। ਹਾਂ, ਇਹ ਵੀ ਸੱਚਾਈ ਆ ਕਿ ਪੇਰੈਂਟਸ ਇਸ ਵੇਲੇ ਡਰਿਆ, ਉਹ ਸੋਚ ਰਿਹਾ ਕਿ ਨਵੀਂ ਸਰਕਾਰ ਆ ਜਾਵੇ ਫਿਰ ਮੈਂ ਫੈਸਲਾ ਲੈਂਦਾ। ਪਤਾ ਕਿਉਂ ਸੋਚ ਰਿਹਾ? ਕਿਉਂਕਿ ਨਾ ਸਭ ਨੂੰ ਡਰ ਆ ਕਿ ਜਿਹੜੀ ਨਵੀਂ ਸਰਕਾਰ ਹੈਗੀ ਉਹ ਇਮੀਗ੍ਰੇਸ਼ਨ ਦੇ ਬੜਾ ਅਗੇਂਸਟ ਹੈ। ਆਲਰੇਡੀ ਜਿਹੜੀ ਸਰਕਾਰ ਇਮੀਗ੍ਰੇਸ਼ਨ ਦੀਆਂ ਬਹੁਤ ਪੋਲਿਸੀਜ਼ ਦੇ ਵਿੱਚ ਮੈਂ ਤਾਂ ਕਹੂੰਗਾ ਬੱਚਿਆਂ ਦੇ ਫੇਵਰ ਦੇ ਵਿੱਚ ਸੀਗੀ, ਜੇ ਇਸ ਵੇਲੇ ਬੱਚਾ ਖਰਾਬ ਹੋ ਸਕਦਾ ਤਾਂ ਅਗਲਾ ਕੀ ਹੋਊਗਾ? ਤੋ ਅੱਜ ਦੱਸ ਦੇਵਾਂ ਉੱਥੇ ਇਲੈਕਸ਼ਨ ਦੇ ਜਿਹੜੇ ਦੋ ਮੁੱਦੇ ਜਿਹੜੇ ਹੈਗੇ ਆ। ਪਹਿਲਾ ਮੁੱਦਾ ਤਾਂ ਹੈਗਾ ਉੱਥੇ ਜਿਹੜਾ ਘਰਾਂ ਦਾ ਇੰਟਰਸਟ ਰੇਟ, ਮਹਿੰਗਾਈ ਨੂੰ ਆਪਾਂ ਲੈ ਕੇ ਕਹੂੰਗਾ, ਦੂਜਾ ਇਮੀਗ੍ਰੇਸ਼ਨ ਨੂੰ ਆ, ਕਿਉਂਕਿ ਖਾਸ ਤੌਰ 'ਤੇ ਜਿਹੜੇ ਮੈਂ ਇੱਕ ਪਹਿਲੀ ਗੱਲ ਤਾਂ ਦੋ ਗੱਲਾਂ 'ਚ ਡਿਫਾਈਨ ਕਰੂੰਗਾ ਮੈਂ, ਉੱਥੇ ਜਿਹੜੇ ਸਾਡੇ ਪੰਜਾਬੀ ਰਹਿੰਦੇ ਮੈਂ ਉਹਨਾਂ ਬਾਰੇ ਵੀ ਗੱਲ ਕਰੂੰਗਾ ਕਿ ਉੱਥੋਂ ਵੀ ਬੜੀਆਂ ਵੀਡੀਓਜ਼ ਆਉਂਦੀਆਂ, ਬੜਾ ਮੈਂ ਤਾਂ ਕਹੂੰਗਾ ਮੰਦਾ ਹੀ ਬੋਲਿਆ ਜਾਂਦਾ, ਚੰਗਾ ਨਹੀਂ ਮੈਂ ਕਹੂੰਗਾ ਚੰਗਾ ਬੋਲਿਆ ਜਾਂਦਾ, ਮੰਦਾ ਹੀ ਬੋਲਿਆ ਜਾਂਦਾ ਸਾਡੇ ਸਟੂਡੈਂਟਸ ਬਾਰੇ ਕਿ ਇਹਨਾਂ ਦੀ ਇਮੀਗ੍ਰੇਸ਼ਨ ਨਹੀਂ ਆਉਣੀ ਚਾਹੀਦੀ, ਇੰਨੇ ਆਈ ਜਾਂਦੇ ਆ, ਕਿਉਂ ਭੇਜੀ ਜਾਂਦੇ ਆ, ਵਾਹ ਇਹ ਕੀ ਗੱਲ ਹੈ ਬੇਟਾ। ਪਰ ਇੱਕ ਚੀਜ਼ ਦੱਸਾਂ, ਉਹ ਸਾਰੇ ਜਣੇ ਭੁੱਲ ਚੁੱਕੇ ਆ ਕਿ ਕਿਸੇ ਦਿਨ ਉਹ ਵੀ ਇੱਦਾਂ ਆਏ ਸੀ। ਅਤੇ ਦੂਜੀ ਗੱਲ, ਅੱਜ ਮੈਂ ਅੱਜ ਸਾਰਿਆਂ ਨੂੰ ਬੇਨਤੀ ਕਰ ਦੇਵਾਂ, ਅੱਜ ਜਿਹੜੇ ਘਰਾਂ ਦੀਆਂ ਕੀਮਤਾਂ ਆ ਪਿਛਲੇ ਥੋੜ੍ਹੇ ਸਾਲਾਂ 'ਚ ਦੋ ਦੋ ਤਿੰਨ ਤਿੰਨ ਚਾਰ ਚਾਰ ਗੁਣਾ ਵਧੀਆਂ ਨਾ ਜਿਹੜੀਆਂ ਕੀਮਤਾਂ, ਇਹਨਾਂ ਦੇ ਪਿੱਛੇ ਸਿਰਫ ਇੱਕੋ ਰੀਜ਼ਨ ਸੀਗਾ, ਸਟੂਡੈਂਟ। ਸੋ ਇਹ ਸਟੂਡੈਂਟ ਨੇ ਤੁਹਾਡੀਆਂ ਘਰਾਂ ਦੀਆਂ ਕੀਮਤਾਂ ਵਧਾਈਆਂ, ਘਰਾਂ ਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਗੱਡੀਆਂ ਆਈਆਂ ਤਾਂ ਆਈਆਂ। ਅੱਜ ਦੁਬਾਰਾ ਦੱਸ ਦਿੰਦਾ, ਜੇ ਅੱਜ ਇਮੀਗ੍ਰੇਸ਼ਨ ਸਟ੍ਰਿਕਟ ਹੁੰਦੀ ਆ, ਠੀਕ ਆ, ਇਹ ਰੋਕਦੀ ਆ, ਅਤੇ ਸਮਝ ਲਓ ਕਿ ਜਿਹੜੀਆਂ ਬੇਸਮੈਂਟਾਂ ਦੇ ਅਸੀਂ ਐਂ ਠੋਕ ਕੇ ਕਿਰਾਏ ਲਏ ਜਾਂਦੇ ਨਾ, ਉੱਥੇ ਫਿਰ ਇੰਸਟਾਲਮੈਂਟਾਂ ਦਿੱਤੀਆਂ ਜਾਂਦੀਆਂ, ਸਭ ਬੰਦ ਹੋ ਜਾਣੀਆਂ, ਖਾਲੀ ਹੋ ਜਾਣੀਆਂ ਬੇਸਮੈਂਟਾਂ। ਅਤੇ ਦੂਸਰੀ ਗੱਲ, ਇਹਦੇ ਨਾਲ ਇੱਕ ਹੋਰ ਐਡ ਔਨ ਕਰ ਦੇਵਾਂ, ਅਤੇ ਇਹਤੇ ਵੱਲੋਂ ਐਡ ਔਨ ਕਰ ਦੇਵਾਂ, ਅਤੇ ਸਾਨੂੰ ਸਾਡੇ ਨਵੇਂ ਬੱਚਿਆਂ ਨੂੰ ਖਾਸ ਤੌਰ 'ਤੇ ਜਿਹੜਾ ਨਵਾਂ ਨਵਾਂ ਆਇਆ, ਇਹਨਾਂ ਦੀ ਜ਼ਰੂਰ ਰਿਸਪੈਕਟ,
ਇਹਨਾਂ ਨੂੰ ਜ਼ਰੂਰ ਰਾਹ ਪਾਉਣ ਦੀ ਗੱਲ ਕਰਨੀ ਚਾਹੀਦੀ, ਕਿਉਂਕਿ ਇਸ ਵੇਲੇ ਇੰਸਟਾਗ੍ਰਾਮ 'ਤੇ ਜਾਂ ਯੂਟਿਊਬ 'ਤੇ ਵੀਡੀਓ ਪਤਾ ਕਿਹੜੀ ਵਾਇਰਲ ਹੁੰਦੀ ਆ, ਜਦੋਂ ਉੱਥੇ ਦਾ ਪੁਰਾਣਾ ਕੋਈ ਬੰਦਾ ਉੱਥੇ ਪਹੁੰਚਿਆ ਹੋਇਆ ਜਿਹਦੇ ਕੋਲ ਬੜੇ ਘਰ ਦਿਖਾਏ, ਉਹ ਕਹਿੰਦਾ ਨਵਾਂ ਨਹੀਂ ਆਉਣਾ ਚਾਹੀਦਾ, ਨਵਾਂ ਨਹੀਂ ਕੋਈ ਬੰਦਾ ਆਉਣਾ ਚਾਹੀਦਾ ਜੀ, ਇਹ ਨਹੀਂ ਸੈੱਟ ਹੋ ਸਕਦੇ, ਚਲ ਖਾ ਕੇ ਲੈ ਲਓ ਜ਼ਿੰਦਗੀ 'ਚ ਕੁਛ ਨਹੀਂ ਕਰਨਾ, ਇੱਦਾਂ ਨਹੀਂ ਹੋ ਸਕਦਾ ਯਾਰ, ਸਾਰਿਆਂ ਦਾ ਟਾਈਮ ਆ, ਸਾਰਿਆਂ ਦਾ ਸਮਾਂ, ਤੁਹਾਡੇ ਟਾਈਮਾਂ 'ਤੇ ਵੀ ਇਹੀ ਚੀਜ਼ਾਂ ਸੀਗੀਆਂ, ਬਟ ਇਹ ਵੀ ਟਾਈਮ ਨਿਕਲ ਜਾਣਾ ਬੱਚਿਆਂ ਦਾ। ਸਰਕਾਰ ਆ ਜਾਵਾਂ ਇੱਥੇ, ਜਿਹੜਾ ਸਰਕਾਰ ਦੀ ਗੱਲ ਕਰ ਦੇਵਾਂ, ਇਮੀਗ੍ਰੇਸ਼ਨ ਇਹ ਜ਼ਿੰਦਗੀ 'ਚ ਕਦੀ ਬੰਦ ਨਹੀਂ ਹੋ ਸਕਦੀ। ਹਾਂ ਟੈਂਪਰੇਰੀ ਥੋੜ੍ਹਾ ਬਹੁਤਾ ਰਿਫਾਈਨ ਜੋ ਚੀਜ਼ਾਂ ਕੈਨੇਡਾ ਕਰ ਆ ਰਿਹਾ, ਜਾਂ ਤੁਸੀਂ ਸਰ ਵਰਡ ਯੂਜ਼ ਕੀਤਾ ਬ੍ਰੈਮਟਨ ਦੇ ਵਿੱਚ ਜਾਂ ਟੋਰੋਂਟੋ 'ਚ ਜਾਓਗੇ ਤਾਂ ਫਸੋਗੇ, ਆਲਰੇਡੀ ਕੈਨੇਡਾ ਨੇ ਸਰ ਸਖਤੀ ਕਰਤੀ ਆ, ਬ੍ਰੈਮਟਨ ਟੋਰੋਂਟੋ ਦੀ ਆਪਸ਼ਨ ਜਾਣ ਨੂੰ ਛੱਡੀ ਨਹੀਂ ਹੈ। ਸ਼ੈਰਿਡਨ ਕਾਲਜ ਵਧੀਆ ਕਾਲਜ, ਇੱਥੇ ਪੜ੍ਹਾਈ ਨਾਲ ਕੰਪਰੋਮਾਈਜ਼ ਨਹੀਂ ਹੁੰਦਾ, ਹੰਬਰ ਕਾਲਜ ਇੱਥੇ ਐਨ ਇੰਟੈਲੀਜੈਂਟ ਬੱਚਾ ਹੀ ਉੱਥੇ ਜਿਹੜਾ ਕਿ ਪੜ੍ਹਦਾ ਹੈਗਾ, ਸੋ ਉਹ ਦੋ ਕਾਲਜ ਆ, ਬਾਕੀ ਤਕਰੀਬਨ ਐਂ ਉਹਨਾਂ ਨੇ ਸਫਾਈ ਕਰ ਹੀ ਦਿੱਤੀ ਉੱਥੇ ਹੈਗੀ ਆ, ਸੋ ਸਿਰਫ ਨਾਮੀ ਕੁ ਨਾਮੀ ਕਾਲਜ ਰਹਿ ਗਏ, ਨਹੀਂ ਤਾਂ 19 ਕਾਲਜਸ ਦੇ ਉਹਨਾਂ ਨੇ ਲਾਇਸੈਂਸ ਸਸਪੈਂਡ ਕੀਤੇ ਸੀ, PPP ਜਿਵੇਂ ਕਹੂੰਗੇ, ਇੱਕ ਇੱਕ ਦਿਨ ਵਾਲੇ ਕਾਲਜ, ਸੋ ਉਹ ਚੀਜ਼ ਹੋ ਚੁੱਕੀ ਹੈ। ਸੋ ਹੁਣ ਬੱਚੇ ਜੇ ਰਹਿਣਾ ਟੋਰੋਂਟੋ ਬ੍ਰੈਮਟਨ 'ਚ ਤਾਂ ਉਹਨਾਂ ਨੂੰ ਮੈਂ ਤਾਂ ਕਹੂੰਗਾ ਮਜਬੂਰੀ ਲਾ ਲਓ, ਪੜ੍ਹਨਾ ਹੀ ਪੈਣਾ, ਨਹੀਂ ਤਾਂ ਕੁਛ ਨਹੀਂ ਹੋਣਾ ਹੈਗਾ। ਜੇ ਬਾਹਰ ਵੀ ਜਾਂਦੇ ਆ ਤਾਂ ਮੈਂ ਤਾਂ ਕਹੂੰਗਾ ਮੇਨ ਕੈਂਪਸ 'ਚ ਜਾਓ, ਉੱਥੇ ਤੁਹਾਨੂੰ ਜੋਬ ਵਾਸਤੇ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਵਾਸਤੇ ਮਤਲਬ ਕਿ ਤੁਹਾਨੂੰ ਫਾਇਦਾ ਹੁੰਦਾ। ਤੋ ਅੱਜ ਕਿਸੇ ਪੇਰੈਂਟਸ ਨਾਲ ਗੱਲ ਵੀ ਹੁੰਦੇ ਸੀ, ਉਹਨਾਂ ਦਾ ਵੀ ਇਹ ਸਵਾਲ ਸੀ ਵੀ ਡਰੇ ਹੋਏ ਸੀਗੇ ਯਾਰ ਨਵੀਂ ਸਰਕਾਰ ਆ ਜਾਵੇ ਫਿਰ ਦੇਖਾਂਗੇ ਕੀ ਕਰਨਾ। ਤੋ ਮੈਂ ਤਾਂ ਫਿਰ ਕਹੂੰਗਾ ਕਿ ਕੈਨੇਡਾ ਦਾ ਵੀਜ਼ਾ ਨਾ ਪਿਛਲੇ ਸਮੇਂ ਦੇ ਵਿੱਚ, ਮੈਂ ਜੇ ਅੱਜ ਤੋਂ ਸਾਲ ਹੋ ਗਿਆ ਸੌਖਾ, ਅਕਤੂਬਰ ਤੋਂ ਸੌਖਾ ਚੱਲ ਰਿਹਾ, ਪਰ ਅਕਤੂਬਰ ਤੋਂ ਪਹਿਲੇ ਵਾਲੇ ਬੱਚੇ ਲੈ ਲਓ ਜਿਹੜੇ ਉੱਥੇ ਗਏ ਹੋਏ ਆ, ਮੈਨੂੰ ਲੱਗਦਾ ਕਿ ਬਹੁਤ ਘੱਟ ਬੱਚੇ ਹੋਣਗੇ ਜਿਹੜੇ ਸਿੱਧਾ ਹੀ ਚਲੇ ਗਏ, ਰਿਫਿਊਜ਼ਲਾਂ ਨਹੀਂ ਲੱਗੀਆਂ ਹੋਣਗੀਆਂ, ਕਿਉਂਕਿ ਉਸ ਵੇਲੇ ਕੈਨੇਡਾ ਇੰਟੈਲੀਜੈਂਟ ਬੱਚਾ, ਸਹੀ ਕੋਰਸ ਕਾਲਜ ਵਾਲਾ ਬੱਚਾ ਜਿਹੜਾ ਇੰਡੀਆ ਤੋਂ ਲੈ ਰਿਹਾ ਸੀ, ਪਰ ਹਾਂ ਜਿੱਥੇ ਉਹਨੇ ਗਲਤੀ ਕੀ ਕੀਤੀ ਉੱਥੇ ਜਾ ਕੇ ਨਹੀਂ ਬੱਚਾ ਦੇਖਿਆ ਕਿ ਉੱਥੇ ਜਾ ਕੇ ਬੱਚਾ ਕਾਲਜ ਚੇਂਜ ਕਰ ਰਿਹਾ, ਸਾਰਾ ਕੁਛ ਕਰ ਰਿਹਾ, ਪ੍ਰਾਈਵੇਟ ਜਾ ਰਿਹਾ, ਵੜਾ ਜੋ ਮਰਜ਼ੀ ਜਾ ਰਿਹਾ, ਉਹ ਕੈਨੇਡਾ ਦੀ ਸਭ ਤੋਂ ਵੱਡੀ ਜਿਹੜੀ ਮੈਂ ਤਾਂ ਕਹੂੰਗਾ ਗਲਤੀ ਹੋਈ। ਜਿਹਦਾ ਹਰਜਾਨਾ ਪੈਸਾ ਤਾਂ ਇਕੱਠਾ ਕਰ ਗਿਆ ਕੈਨੇਡਾ, ਅਤੇ ਪਰ ਜਿਹਦਾ ਹਰਜਾਨਾ ਬੱਚਿਆਂ ਨੂੰ ਭੁਗਤਣਾ ਪਿਆ ਜਿਹੜੇ ਬੱਚੇ ਉੱਥੇ ਪਹੁੰਚੇ ਆ। ਸੋ ਪਰ ਨਵੇਂ ਬੱਚਿਆਂ ਨੂੰ ਮੈਂ ਕਹੂੰਗਾ ਜਿਹੜੇ ਹੁਣ ਜਾਣਾ, ਸੋ ਬੇਟਾ ਹੁਣ ਬੱਚਿਆਂ ਦਾ ਫਲੋ ਵੀ ਘਟਿਆ, ਇਸ ਵੇਲੇ ਬੱਚਾ ਜਿਹੜਾ ਮੈਂ ਤੁਹਾਨੂੰ ਲੱਗਦਾ ਟਰੈਕ 'ਚ ਗਏਗਾ, ਇੱਕ ਤਾਂ ਉਹਦੇ ਵੀਜ਼ਾ ਪ੍ਰੋਸੈਸ ਔਖਾ ਹੋਊਗਾ, ਦੂਜੀ ਗੱਲ ਆ ਉਹਦੇ ਕਾਲਜ ਦੀ ਸੀਟ, ਵਧੀਆ ਕਾਲਜ 'ਚ ਬੇਟਾ ਜੇ ਜਾਣਾ ਤਾਂ ਤੁਹਾਨੂੰ ਲਾਈਨ 'ਚ ਲੱਗਣਾ ਹੀ ਪੈਣਾ, ਐਡਵਾਂਸ ਕਰਨਾ ਹੀ ਪੈਣਾ ਜੇ ਕੈਨੇਡਾ 'ਚ ਫਿਊਚਰ ਬਣਾਉਣਾ, ਕਿਉਂਕਿ ਇਸ ਵੇਲੇ ਸਾਰੀਆਂ ਮੈਂ ਤਾਂ ਕਹੂੰਗਾ ਇੱਕ ਪਾਸੇ ਜਿਹੜੀਆਂ ਖਬਰਾਂ ਆ ਰਹੀਆਂ ਕਿ 70,000 ਬੱਚਾ ਡਿਵੋਟ, ਇੱਕ ਪਾਸੇ ਤੁਹਾਡੇ ਨਾਲ ਸੀ ਪਿਛਲੇ ਸ਼ੋਅ 'ਚ ਅੰਬੈਸੀ ਦੀ ਸਾਈਡ ਤੋਂ ਡੇਟਾ ਕੀਤਾ ਸੀਗਾ ਕਿ 80,000 ਪਲੱਸ ਬੱਚਾ PER ਇਸ ਸਾਲ ਦੇ ਵਿੱਚ ਲੈ ਚੁੱਕਾ ਹੋਇਆ, ਡਿਫਰੈਂਟ ਡਿਫਰੈਂਟ ਕੈਟੇਗਰੀਜ਼ ਦੇ ਵਿੱਚ ਜਿਹੜਾ ਕਿ ਲੈ ਚੁੱਕਾ, ਸੋ ਉਹ ਵੀ ਤਾਂ ਲਿਆ ਨਾ, ਉਹਦੀ ਗੱਲ ਨਹੀਂ ਕੋਈ ਕਰਦਾ, ਪਰ ਨੈਗੇਟਿਵ ਗੱਲ। ਸੋ ਬਟ ਜੇ ਤੁਸੀਂ 80,000 ਵਾਲੇ ਪਾਸੇ ਆਉਣਾ, 70,000 ਵਿੱਚ ਤੁਹਾਡੀ ਗੱਲ ਨਾ ਹੋਵੇ, ਸੋ ਕੈਨੇਡਾ 'ਚ ਸਹੀ ਕਾਲਜ, ਸਹੀ ਪੜ੍ਹਾਈ ਅਤੇ ਸਹੀ ਸਲਾਹਕਾਰ ਹੀ ਤੁਹਾਨੂੰ ਜਿਹੜਾ ਕਿ 80,000 ਦੇ ਵਿੱਚ ਲਿਜਾ ਸਕਦਾ, ਨਹੀਂ ਤਾਂ ਉਹ ਵਾਲਾ ਸਮਾਂ ਸੱਚਾਈ ਸਰ ਨੇ ਕਿਹਾ ਸ਼ਾਰਟਕੱਟ ਜਿਹੜੇ ਮਾਰਦੇ ਸੀਗੇ ਉੱਥੇ, ਜਿਹੜੇ ਕਿ ਕੈਨੇਡਾ ਪਹੁੰਚਾ ਦਿਓ, ਕੋਈ ਨਹੀਂ ਅਸੀਂ ਕਰ ਲਾਂਗੇ ਕੁਛ, ਉਹ ਆਉਣ ਵਾਲੇ ਸਮੇਂ ਦੇ ਵਿੱਚ, ਹਾਂ ਪੈਸਾ ਤਾਂ ਚਲੋ ਬੰਦਾ ਕਮਾ ਹੀ ਲੈਂਦਾ, ਬਟ ਆਉਣ ਵਾਲੇ ਸਮੇਂ ਦੇ ਵਿੱਚ ਸੈਟਲਮੈਂਟ ਦੇ ਪੱਖੋਂ ਜ਼ਰੂਰ ਤੰਗ ਹੋ ਸਕਦੇ ਆ। ਸੋ ਜੇ ਸੈਟਲਮੈਂਟ ਦੇ ਪੱਖੋਂ ਤੰਗ ਨਹੀਂ ਹੋਣਾ ਚਾਹੀਦਾ, 5 ਚੋਂ 2.0 GPA ਨਹੀਂ ਚਾਹੀਦੀ, ਵਾਧੂ ਵਧੀਆ GPA ਚਾਹੀਦੀ, ਆਪਣੀ ਫੀਲਡ 'ਚ ਕੰਮ ਚਾਹੀਦਾ, ਅਤੇ ਤੁਹਾਡਾ ਥੋਟ ਪ੍ਰੋਸੈਸ, ਤੁਹਾਡਾ ਵਿਜ਼ਨ ਜਿਹੜਾ ਆਉਣ ਵਾਲੇ ਸਮੇਂ 'ਚ ਜ਼ਰੂਰ ਕਲੀਅਰ ਚਾਹੀਦਾ। ਸੋ ਮੈਨੂੰ ਇੱਦਾਂ ਲੱਗਦਾ, ਕਹਿੰਦੇ ਨਾ ਜਦੋਂ ਸਮਾਂ ਔਖਾ ਹੋਵੇ ਉਹੀ ਰਾਈਟ ਟਾਈਮ ਹੁੰਦਾ ਜਾਣ ਦਾ, ਚਾਹੇ ਮੇਰਾ ਕਾਰੋਬਾਰ ਆ, ਪਰ ਫਿਰ ਵੀ ਮੈਂ ਕਹਿੰਦਾ ਆ ਕੇ ਆਪਣੇ ਸਾਰੇ ਡਾਊਟ ਕਲੀਅਰ ਕਰਕੇ ਫਿਰ ਫੈਸਲਾ ਲਓ, ਬਟ ਦਿਸ ਇਜ਼ ਦਾ ਵਨ ਆਫ ਦਾ ਰਾਈਟ ਟਾਈਮ, ਬੈਸਟ ਟਾਈਮ, ਜਿੱਥੇ ਤੁਸੀਂ ਆਪਣੇ ਮਰਜ਼ੀ ਦਾ ਕੋਰਸ, ਮਰਜ਼ੀ ਦਾ ਕਾਲਜ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਆ, ਆਪਣੇ ਸਾਰੇ ਜ਼ਿੰਦਗੀ ਦੇ ਗੋਲ ਫਿਊਚਰ ਦੇ ਮੁਤਾਬਿਕ, ਤਾਂ ਹੀ ਜਿਹੜਾ ਕਿ ਸਿਰਾ ਲੱਗੂਗਾ, ਅਤੇ ਜ਼ਰੂਰ ਤੁਹਾਨੂੰ ਅਪਲਾਈ ਕਰਨਾ ਚਾਹੀਦਾ, ਇਹ ਮੇਰਾ ਪਰਸਨਲ ਵਿਜ਼ਨ ਹੈ ਸਰ। ਚਲੋ, ਬਹੁਤ ਹੀ ਮਹੱਤਵਪੂਰਨ ਜਾਣਕਾਰੀ ਧੀਰਜ ਜੀ ਨੇ ਫਿਰ ਸਾਡੇ ਨਾਲ ਸਾਂਝੀ ਕੀਤੀ ਹੈ। 85 578 85 578 ਇਸ ਨੰਬਰ 'ਤੇ ਟੈਲੀਫੋਨ ਕਰਕੇ ਤੁਸੀਂ ਕੋਈ ਵੀ ਹੋਰ ਕਲੈਰਿਟੀ ਚਾਹੀਦੀ ਹੈ ਉਹ ਲੈ ਸਕਦੇ ਹੋ। ਬਹੁਤ ਧੰਨਵਾਦ।